ਆ ਜਿਹੜਾ ਥਾਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਜੇ ਆਪਾਂ ਇੱਕ ਸਾਲ ਪਿਛਲੀ ਗੱਲ ਕਰੀਏ ਤੇ ਇੱਥੇ ਕੋਈ ਦਿਨੇ ਪੈਰ ਨਹੀਂ ਸੀ ਕਰਦਾ ਪਰ ਅੱਜ ਇੱਥੇ ਰਾਤ ਨੂੰ 9 10 ਵਜੇ ਤੱਕ ਸੋਲਰ ਲਾਈਟਸ ਜਗ ਰਹੀਆਂ ਹੁੰਦੀਆਂ ਨੇ ਔਰ ਲੋਕ ਜਿਹੜੇ ਆ ਉਹ ਸੈਰ ਤੇ ਆਪਸ ਦੇ ਵਿੱਚ ਗੱਪਸ਼ਪ ਮਾਰ ਰਹੇ ਹੁੰਦੇ ਇੱਕ ਰੌਣਕ ਭਰਿਆ ਮਨੋਰੰਜਨ ਦਾ ਸਾਧਨ ਬਣ ਗਿਆ ਹੁਣ ਥਾਂ ਕਿਵੇਂ ਸੋਚੇ ਤੁਸੀਂ ਵੀ ਆ ਜਿਹੜਾ ਗੰਦੇ ਪਾਣੀ ਨੂੰ ਝੀਲ ਦਾ ਰੂਪ ਦੇ ਦਿੱਤਾ ਜਾ ਅਸਲ ਜੀ ਮੈਂ ਮੈਂ ਇੱਕ ਅਧਿਆਪਕ ਐ ਅਧਿਆਪਕ ਰਟਾਇਰ ਹੋਇਆ ਐ ਜੀ ਤੇ ਇੱਕ ਅਧਿਆਪਕ ਜਿਹੜਾ ਨਾ ਉਹ ਉਹ ਆਪਣੇ ਘਰ ਪਰਿਵਾਰ ਸਮਾਜ ਦੇਸ਼ ਬਾਰੇ ਹਮੇਸ਼ਾ ਸੁਪਨੇ ਲੈ ਕੇ ਚੱਲਦਾ ਹੈ ਜੀ ਤੇ ਮੇਰੇ ਵੀ ਆਪਣੇ ਪਿੰਡ ਬਾਰੇ ਕੋ ਸੁਪਨੇ ਸੀ ਮੇਰਾ ਪਿੰਡ ਬਹੁਤ ਪਛੜਿਆ ਹੋਇਆ ਸੀ ਤੇ ਮੈਨੂੰ ਇਸ ਗੱਲ ਦਾ ਅਫਸੋਸ ਸੀ ਕਿ ਇਹ ਪਛੜਾਪਨ ਅਸੀਂ ਕੱਢਣਾ ਹੈ ਔਰ ਇਸੇ ਕਰਕੇ ਹੀ ਮੈਂ ਚਲਣ ਲੱਗੀ ਪੌਣਾ ਕਿਲਾ ਜਗਾ ਜੇ ਬਚਾ ਕੇ ਰੱਖੀ ਹੈ ਇੱਥੇ ਅਸੀਂ ਹੁਣ ਕਿਡਜ਼ ਵਿੰਗ ਬਣਾ ਰਹੇ ਆਂ ਬੱਚਿਆਂ ਦੀ ਪਲੇ ਵੇ ਬਣਾ ਰਹੇ ਆਂ ਜਿਹੜਾ ਕਿ ਅਸੀਂ ਇਸ ਨਿਸ਼ਾਨਾ ਬਣਾ ਰਹੇ ਆਂ ਕਿ ਤਰਨਤਨ ਜ਼ਿਲ੍ਹੇ ਦੇ ਵਿੱਚ ਇਹਦੇ ਨਾਲ ਦਾ ਕਿਤੇ ਕੋਈ ਥਾਂ ਨਾ ਹੋਵੇ ਤੇ ਇਹਨੂੰ ਸੁਧਾਰ ਕੇ ਤੇ ਚੰਗੇ ਤਰੀਕੇ ਦੇ ਨਾਲ ਇਹਦਾ ਵਰਤੋਂ ਕਰੋ ਔਰ ਉਸ ਆਈਡੀਆ ਨੂੰ ਫਾਲੋ ਕਰਕੇ ਫਿਰ ਜਿਹੜਾ ਉਹ ਸੀਚੇਵਾਲ ਮਾਡਲ ਦੇ ਖੂਬਣਾਏ ਫਿਰ ਇਹ ਛੀਲ ਦਾ ਨਿਰਮਾਣ ਕੀਤਾ ਛੀਲ ਦਾ ਨਿਰਮਾਣ ਕਰਨ ਤੋਂ ਬਾਅਦ ਤੇ ਚ ਮੱਛੀ ਪਾਲਣ ਜਿਹੜਾ ਉਹ ਕਰਵਾਇਆ ਠੇਕੇ ਤੇ 1 ਲੱਖ ਰੁਪਈਆ ਆਮਦਨ ਜਿਹੜੀ ਆ ਮੇਰੇ ਪਿੰਡ ਨੂੰ ਇਹਦੇ ਤੋਂ ਆਮਦਨ ਸਾਲਾਨਾ ਹੈ ਮੇਰੀ ਇਹ ਛੀਲ ਦਾ ਜਿਹੜਾ ਪਾਣੀ ਆ ਖੇਤੀ ਨਹੀਂ ਵਰਤੋ ਜਾ ਔਰ ਆ ਜਿਹੜੇ ਮੇਰੇ ਲਾਗੇ ਖੇਤ ਨੇ ਜਦੋਂ ਮੇਰੇ ਕੋਲ ਫालतू ਪਾਣੀ ਹੋਵੇ ਮੇਰੇ ਕੋਲ ਇੱਕ ਇੰਜਨ ਪੰਪ ਹੈ ਅਸੀਂ ਉਹਨਾਂ ਨੂੰ ਇਹ ਖੇਤੀ ਵਾਸਤੇ ਵੀ ਦੇ ਦਿੰਦੇ ਆ ਕੋਸ਼ ਨੇ ਕਿਹਾ ਜੀ ਇਹ ਛੀਲਾਂ ਦੀ ਕੀ ਲੋੜ ਆ ਕੁਛ ਨਹੀਂ ਕਿਹਾ ਕਿ ਨਹੀਂ ਇਹ ਇੱਕ ਵੱਖਰੀ ਚੀਜ਼ ਹੈ ਬਹੁਤ ਜ਼ਰੂਰੀ ਹੈ। ਜੀ। ਔਰ ਮੈਨੂੰ ਅੱਜ ਬੜੀ ਜਾਣ ਕੇ ਖੁਸ਼ੀ ਹੁੰਦੀ ਹੈ। ਜਦੋਂ ਮੇਰੇ ਪਿੰਡ ਰੋ 150 ਬੰਦਾ ਇੱਥੇ ਵਿਜ਼ਿਟ ਕਰਦਾ ਹੈ। ਜੀ। ਆਣ ਕੇ ਇੰਜਾਇ ਕਰਦਾ ਹੈ, ਖੁਸ਼ ਹੁੰਦਾ ਹੈ, ਵੇਖਦਾ ਹੈ। ਨਵੇਂ ਵਿਆਹੇ ਜੋੜੇ ਸੈਲਫੀਆਂ ਲੈਂਦੇ ਨੇ, ਨੌਜਵਾਨ ਬੱਚੇ ਸੈਲਫੀਆਂ ਲੈ ਕੇ ਸਟੇਟਸ ਲਾਉਂਦੇ ਨੇ ਤੇ ਅੱਜ ਇਸ ਗੱਲ ਦਾ ਜਵਾਬ ਹੈ ਕਿ ਇਹ ਇੱਕ ਬੜੀ ਜ਼ਰੂਰੀ ਸੀ। ਸੁਰਖਾਪ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਗੁਰਦਿਆਲ ਸਿੰਘ ਤੇ ਅੱਜ ਤਸਵੀਰ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸ਼ਾਇਦ ਚੰਡੀਗੜ੍ਹ ਦੀ ਝੀਲ ਦਾ ਨਜ਼ਾਰਾ ਲੈ ਰਹੇ ਆ ਪਰ ਨਹੀਂ ਦੋਸਤੋ ਇਹ ਚੰਡੀਗੜ੍ਹ ਨਹੀਂ ਹੈ ਇੱਕ ਪਿੰਡ ਦੇ ਵਿੱਚ ਸਰਪੰਚ ਵੱਲੋਂ ਬਣਾਈ ਗਈ ਇਹ ਝੀਲ ਦਾ ਕਾਪੀਰਾਈਟ ਕਹਿ ਸਕਦੇ ਆ ਤੇ ਬਹੁਤ ਸੁੰਦਰ ਸਪੌਟ ਬਣਾਇਆ ਹੈ ਅੱਜ ਕੱਲ ਲੋਕ ਇੱਥੇ ਆਉਂਦੇ ਨੇ ਖਿੱਚ ਦਾ ਕੇਂਦਰ ਬਣੀ ਹੋਈ ਏ ਇਹ ਜਗ੍ਹਾ ਬਹੁਤ ਛੋਟਾ ਜਿਹਾ ਪਿੰਡ ਆ ਤੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਨੇ ਇਹ ਝੀਲ ਬਣਾਈ ਹੋਈ ਏ ਤਿੰਨ ਇਹੋ ਜਿਹੇ ਸਪੌਟ ਲੱਗੇ ਨੇ ਜਿੱਥੋਂ ਪਾਣੀ ਪਿੰਡ ਦਾ ਨਿਕਾਸ ਦਾ ਪਾਣੀ ਜਿਹੜਾ ਆ ਉਹ ਛੱਪੜ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਇੱਧਰ ਤਸਵੀਰਾਂ ਛੱਪੜ ਦਾ ਪਾਣੀ ਜਿਹੜਾ ਤਿੰਨ ਜਗ੍ਹਾ ਤੇ ਸਾਫ਼ ਹੋ ਕੇ ਤੇ ਇਸ ਜਗ੍ਹਾ ਤੇ ਇਕੱਠਾ ਹੁੰਦਾ ਏ ਇੱਥੇ ਪ੍ਰਵਾਸੀ ਪੰਛੀ ਵੀ ਆਉਂਦੇ ਨੇ ਨਜ਼ਾਰਾ ਲੈਣ ਤੇ ਲੋਕ ਵੀ ਆਉਂਦੇ ਨੇ ਨਜ਼ਾਰਾ ਲੈਣ ਬੱਚੇ ਆਉਂਦੇ ਨੇ ਸੈਲਫੀਆਂ ਲੈਣ ਵਾਸਤੇ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਅੱਜ ਅਸੀਂ ਤੁਹਾਨੂੰ ਪਾਰਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹਨਾਂ ਦੇ ਮਨ ਵਿੱਚ ਇਹ ਆਈ ਕਿਵੇਂ ਉਹਨਾਂ ਨੂੰ ਕੁਦਰਤ ਦੇ ਨਾਲ ਪਿਆਰ ਹੋਇਆ ਤੇ ਕਈ ਤਰ੍ਹਾਂ ਦੇ ਫੁੱਲ ਜਿਹੜੇ ਉਹਨਾਂ ਨੇ ਲਗਾਏ ਹੋਏ ਨੇ ਇਸ ਸਪੌਟ ਦੇ ਵਿੱਚ ਸਰਪੰਚ ਸਾਹਿਬ ਸਾਡੇ ਨਾਲ ਨੇ ਆਜੋ ਕਰਦਿਆਂ ਗੱਲਬਾਤਾਂ ਅਸੀਂ ਸੱਸੀ ਕਾ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਆਇਆਂ ਨੂੰ ਜੀ ਸਵਾਗਤ ਹੈ ਇਸ ਸੁਰਖਾਪ ਟਿਵੀ ਤੇ ਹਾਂ ਮੈਂ ਵੀ ਤੁਹਾ ਆਪਣੇ ਪਿੰਡ ਆਉਣ ਤੇ ਤੁਹਾਡਾ ਸਵਾਗਤ ਕਰਦਾ ਜੀ ਹਾਂ ਜੀ ਸਰ ਕਿਵੇਂ ਸੋਚੇ ਤੁਸੀਂ ਵੀ ਆ ਜਿਹੜਾ ਗੰਦੇ ਪਾਣੀ ਨੂੰ ਝੀਲ ਦਾ ਰੂਪ ਦੇ ਦਿੱਤਾ ਜਾਵੇ ਅਸਲ ਜੀ ਮੈਂ ਮੈਂ ਇੱਕ ਅਧਿਆਪਕ ਐ ਅਧਿਆਪਕ ਰਿਟਾਇਰ ਹੋਇਆ ਐ ਜੀ ਤੇ ਇੱਕ ਅਧਿਆਪਕ ਜਿਹੜਾ ਨਾ ਉਹ ਉਹ ਆਪਣੇ ਘਰ ਪਰਿਵਾਰ ਸਮਾਜ ਦੇਸ਼ ਬਾਰੇ ਹਮੇਸ਼ਾ ਸੁਪਨੇ ਲੈ ਕੇ ਚੱਲਦਾ ਹੈ ਜੀ ਤੇ ਮੇਰੇ ਵੀ ਆਪਣੇ ਪਿੰਡ ਬਾਰੇ ਕੋਈ ਸੁਪਨੇ ਸੀ ਮੇਰਾ ਪਿੰਡ ਬਹੁਤ ਪਛੜਿਆ ਹੋਇਆ ਸੀ ਤੇ ਮੈਨੂੰ ਇਸ ਗੱਲ ਦਾ ਅਫਸੋਸ ਸੀ ਕਿ ਇਹ ਪਛੜਾਪਨ ਅਸੀਂ ਕੱਢਣਾ ਹੈ ਔਰ ਇਸੇ ਕਰਕੇ ਹੀ ਮੈਂ ਇਲੈਕਸ਼ਨ ਲੜੀ ਔਰ ਆ ਜਿਹੜਾ ਥਾਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਜੇ ਆਪਾਂ ਇੱਕ ਸਾਲ ਪਿਛਲੀ ਗੱਲ ਕਰੀਏ ਤੇ ਇੱਥੇ ਕੋਈ ਦਿਨੇ ਪੈਰ ਨਹੀਂ ਸੀ ਦਰਦਾ ਪਰ ਅੱਜ ਇੱਥੇ ਰਾਤ ਨੂੰ 9-10 ਵਜੇ ਤੱਕ ਸੋਲਰ ਲਾਈਟਸ ਜਗ ਰਹੀਆਂ ਹੁੰਦੀਆਂ ਨੇ ਔਰ ਲੋਕ ਜਿਹੜੇ ਆ ਉਹ ਸੈਰ ਤੇ ਆਪਸ ਦੇ ਵਿੱਚ ਗੱਪਸ਼ਪ ਮਾਰ ਰਹੇ ਹੁੰਦੇ ਇੱਕ ਰੌਣਕ ਭਰਿਆ ਮਨੋਰੰਜਨ ਦਾ ਸਾਧਨ ਬਣ ਗਿਆ ਹੁਣ ਤਾਂ ਜੀ ਜੀ ਅੱਛਾ ਇਹ ਜਿਹੜੀ ਜਗ੍ਹਾ ਹੈ ਇਹ ਸਾਰੀ ਪੰਚਾਇਤੀ ਜਗ੍ਹਾ ਨਹੀਂ ਜਾਂ ਤੁਹਾਡੀ ਆਪਣੀ ਨਹੀਂ ਇਹ ਸਾਰੀ ਹੀ ਪੰਚਾਇਤੀ ਜਗ੍ਹਾ ਹੈ ਇਹ ਚਾਰ ਕਿਲੇ ਦਾ ਕੰਪਲੈਕਸ ਹੈ ਜਿਹਦੇ ਵਿੱਚ ਇਸ ਸਮੇਂ ਦੋ ਕਾਰਨਰ ਤੇ ਦੋ ਸ਼ਮਸ਼ਾਨ ਘਾਟ ਨੇ ਵਿਚਕਾਏ ਉਹਨਾਂ ਦੇ ਬੜੀ ਸ਼ਾਨਦਾਰ ਜਿਹੜੀ ਪਾਰਕ ਅਸੀਂ ਮੰਦਰਗਾ ਚ ਬਣਾਈ ਹੋਣੀ ਉਹ ਹੈ ਐਸ ਸਾਈਡ ਦੇ ਉੱਤੇ ਜਿਹੜਾ ਇਹ ਚੀਜ਼ ਹੈ ਉਸ ਤੇ ਵਾਟਰ ਵਰਕਸ ਹੈ ਵਾਟਰ ਵਰਕਸ ਦੇ ਵਿੱਚ ਵੀ ਅਸੀਂ ਜਿਹੜਾ ਵਾ ਉਹ ਬਾਗ ਲਗਾਇਆ ਹੈ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਬਾਲਾ ਗੁਰਪੁਰਬ ਤੇ ਅਸੀਂ ਉੱਥੇ ਅਮਰੂਦਾਂ ਦਾ ਬਾਗ ਲਾਇਆ ਹੈ ਜੀ ਜੀ ਔਰ ਇਹਦੇ ਨਾਲ ਅਸੀਂ ਆ ਇੱਕ ਪੌਣਾ ਕਿੱਲਾ ਜਗਾ ਜੇ ਬਚਾ ਕੇ ਰੱਖੀ ਹੈ ਇੱਥੇ ਅਸੀਂ ਹੁਣ ਕਿਡਜ਼ ਵਿੰਗ ਬਣਾ ਰਹੇ ਆ ਬੱਚਿਆਂ ਦੀ ਪਲੇ ਵੇ ਬਣਾ ਰਹੇ ਆ ਜਿਹੜਾ ਕਿ ਅਸੀਂ ਇਸ ਨਿਸ਼ਾਨਾ ਬਣਾ ਰਹੇ ਆ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹਦੇ ਨਾਲ ਦਾ ਕਿਤੇ ਕੋਈ ਥਾਂ ਨਾ ਹੋਵੇ ਬਿਲਕੁਲ ਅੱਛਾ ਉਹ ਜਿਹੜਾ ਮੈਂ ਦੇਖ ਰਿਹਾ ਵੀ ਛੱਪੜ ਚੋਂ ਪਾਣੀ ਆ ਰਿਹਾ ਫਿਲਟਰਾਂ ਦੇ ਵਿੱਚ ਉਹ ਕੀ ਸਿਸਟਮ ਹੈ ਤੇ ਉਹ ਕਿੱਥੋਂ ਤੁਸੀਂ ਸਾਰਾ ਆਪਸਲ ਕੀਤਾ ਮੈਂ ਜੀ ਉਹਨੂੰ ਸਿਚੇਵਾਲ ਮਾਡਲ ਦੇ ਵਿੱਚ ਬਣਾਇਆ ਢਾਲਿਆ ਹੈ ਮੇਰੇ ਬੜੇ ਹੀ ਹਮਦਰਦ ਅਫਸਰ ਸੀ ਸਰਦਾਰ ਹਰਨੰਦਨ ਸਿੰਘ ਜੀ ਜਿਹੜੇ ਡੀਡੀਪੀਓ ਤਰਨਤਾਰਨ ਸੀ ਉਹ ਆ ਮੇਰੇ ਪ੍ਰਾਣੀ ਮਿੱਤਰ ਵੀ ਸੀ ਤੋਂ ਇੱਕ ਰੌਂ ਆਏ ਤੋਂ ਨਾ ਆਈਡੀਆ ਦਿੱਤਾ ਕਿ ਤੁਸੀਂ ਆਪਣੇ ਜਿਹੜੇ ਆ ਨਾ ਇਹ ਪਾਣੀ ਦੇ ਸੋਮੇ ਤੁਹਾਡ ਕੋ ਪਾਣੀ ਜਿਹੜਾ ਫालतू ਗ੍ਰੇ ਵਾਟਰ ਜਾਂ ਬਲੈਕ ਵਾਟਰ ਬਹੁਤ ਜ਼ਿਆਦਾ ਹੈ ਜੀ ਤੇ ਇਹਨੂੰ ਸੁਧਾਰ ਕੇ ਤੇ ਚੰਗੇ ਤਰੀਕੇ ਦੇ ਨਾਲ ਇਹਦਾ ਵਰਤੋਂ ਕਰੋ ਔਰ ਉਸ ਆਈਡੀਆ ਨੂੰ ਫਾਲੋ ਕਰਕੇ ਫਿਰ ਜਿਹੜਾ ਉਹ ਸੀਚੇਵਾਲ ਮਾਡਲ ਦੇ ਖੂਬਣਾਏ ਫਿਰ ਇਹ ਛੀਲ ਦਾ ਨਿਰਮਾਣ ਕੀਤਾ ਛੀਲ ਦਾ ਨਿਰਮਾਣ ਕਰਨ ਤੋਂ ਬਾਅਦ ਤੇ ਮੱਛੀ ਪਾਲਣ ਜਿਹੜਾ ਉਹ ਕਰਵਾਇਆ ਠੇਕੇ ਤੇ 1 ਲੱਖ ਰੁਪਏ ਆਮਦਨ ਜਿਹੜੀ ਆ ਮੇਰੇ ਪਿੰਡ ਨੂੰ ਇਹਦੇ ਤੋਂ ਆਮਦਨ ਸਾਲਾਨਾ ਹੈ ਔਰ ਉਸ ਤੋਂ ਬਾਅਦ ਅਸੀਂ ਇਹਦੀ ਆ ਪਲਾਂਟੇਸ਼ਨ ਆ ਫਲਾਵਰ ਬੈੱਡ ਤੇ ਜਿਹੜੀ ਹੋਰ ਸਜਾਵਟ ਆ ਉਹ ਲਗਾਤਾਰ ਕੀਤੀ ਤੇ ਅੱਗੇ ਹਜੇ ਕਰ ਰਹੇ ਆ ਅੱਛਾ ਇਹ ਇਹਦੇ ਵਿੱਚ ਮੱਛੀ ਪਾਲਣ ਦਾ ਕੰਮ ਵੀ ਚੱਲ ਰਿਹਾ ਹੈ ਹਾਂ ਔਰ ਉਹ ਮੱਛੀ ਪਾਲਕ ਨੇ ਉਹ ਬਾਹਰ ਦੇ ਲੋਕ ਨੇ ਜਾਂ ਤੁਹਾਡੇ ਪਿੰਡ ਦੇ ਹਾਂ ਉਹ ਸੁਲਤਾਨਪੁਰ ਨਦੀ ਨੇ ਉਹਨਾਂ ਨੂੰ ਠੇਕਾ ਦਿੱਤਾ ਹੈ ਅੱਛਾ ਔਰ ਉਹ ਸਲਾਨਾ ਸਾਨੂੰ ਅਗਾਉਂ ਠੇਕਾ ਦੇ ਜਾਂਦੇ ਨੇ ਔਰ ਉਹ ਜਿਹੜਾ ਪੰਚਾਇਤ ਫੰਡ ਹੈ ਉਹ ਅਸੀਂ ਆਪਣੇ ਜਿਹੜੀ ਪੰਚਾਇਤ ਦੇ ਵਿਕਾਸ ਦੇ ਕੰਮ ਜਾਂ ਪਿੰਡ ਦੀਆਂ ਚੀਜ਼ਾਂ ਦਾ ਰੱਖ-ਰਖਾਓ ਹੈ ਜੀ ਜੀ ਕੋਦੇ ਉੱਤੇ ਖਰਚ ਕਰਦੇ ਆ ਕਿਉਂਕਿ ਪੰਚਾਇਤ ਫੰਡ ਜਿਹੜਾ ਪੰਚਾਇਤ ਦੇ ਅਧਿਕਾਰ ਖੇਤਰ ਚ ਹੁੰਦਾ ਹੈ ਜ਼ਿਆਦਾਤਰ ਨਾ ਪਿੰਡਾਂ ਦੇ ਵਿੱਚ ਅਸੀਂ ਘੁੰਮਦੇ ਰਹਿੰਦੇ ਆ ਜ਼ਿਆਦਾਤਰ ਸਰਪੰਚਾਂ ਨੂੰ ਮੈਂਬਰਾਂ ਨੂੰ ਇਹ ਹੁੰਦਾ ਕਿ ਅਸੀਂ ਪੈੜੀ ਬਣਾ ਕੇ ਤੇ ਉਹਦੇ ਚੋਂ ਖੇਤੀਬਾੜੀ ਕਰਕੇ ਮੁਨਾਫਾ ਲੈ ਲਈਏ ਤੇ ਤੁਹਾਡਾ ਇਹ ਵੱਖਰਾ ਸੋਚ ਜਿਹੜੀ ਕਿਵੇਂ ਤੁਹਾਨੂੰ ਲੱਗਾ ਤੁਹਾਨੂੰ ਲੱਗਿਆ ਨਹੀਂ ਵੀ ਆਪਾਂ ਨੂੰ ਇਹ ਪੈੜੀ ਆਲੇ ਪਾਸੇ ਹੋਣਾ ਚਾਹੀਦਾ ਨਹੀਂ ਅ ਦੇਖੋ ਇਸ ਵਕਤ ਪਿੰਡਾਂ ਦੇ ਵਿੱਚ ਹੂੰ ਪਾਣੀ ਦੇ ਨਿਕਾਸ ਦੀ ਇੱਕ ਵੱਡੀ ਸਮੱਸਿਆ ਹੈ ਕਿਉਂ ਸਮੱਸਿਆ ਹੈ ਜੀ ਕਿ ਪਾਣੀ ਦੀ ਖਪਤ ਵੱਧ ਗਈ ਹੈ ਬਿਲਕੁਲ ਤੇ ਖਪਤ ਵਧਣ ਨਾਲ ਉਹਦਾ ਘਰਾਂ ਤੋਂ ਨਿਕਾਸ ਬਾਹਰ ਨੂੰ ਵੱਧ ਆ ਰਿਹਾ ਹੈ ਉਹ ਨਿਕਾਸ ਗਲੀਆਂ ਵੀ ਖਰਾਬ ਕਰ ਰਿਹਾ ਹੈ ਜੀ ਜੀ ਤੇ ਸਾਡੀਆਂ ਨਾਲੀਆਂ ਦੇ ਵਿੱਚ ਵੀ ਖੜਾ ਆਇਆ ਹੈ ਜੀ ਤੇ ਅਗਰ ਉਸ ਨਿਕਾਸ ਨੂੰ ਵਧੀਆ ਢੰਗ ਨਾਲ ਸੰਭਾਲ ਲਿਆ ਜਾਵੇ ਤੇ ਸੰਭਾਲ ਕੇ ਉਹਨੂੰ ਇਸ ਤਰ੍ਹਾਂ ਵਧੀਆ ਛੀਲਾਂ ਜਾਂ ਛੱਪੜ ਵਧੀਆ ਸਵਾਰ ਕੇ ਤੇ ਉਹਦੇ ਵਿੱਚ ਮੱਛੀ ਪਾਲਣ ਕੀਤਾ ਜਾਵੇ ਤੇ ਉਹਦੇ ਨਾਲੇ ਕੰਮ ਦੇਣਾ ਹੈ ਮੇਰੀ ਇਹ ਛਿਲ ਦਾ ਜਿਹੜਾ ਪਾਣੀ ਹੈ ਉਹ ਖੇਤੀ ਲਈ ਵਰਤੋ ਚ ਹੈ ਔਰ ਆ ਜਿਹੜੇ ਮੇਰੇ ਲਾਗੇ ਖੇਤ ਨੇ ਜਦੋਂ ਮੇਰੇ ਕੋਲ ਫालतू ਪਾਣੀ ਹੋਵੇ ਮੇਰੇ ਕੋਲ ਇੱਕ ਇੰਜਨ ਪੰਪ ਹੈ ਅਸੀਂ ਉਹਨਾਂ ਨੂੰ ਇਹ ਖੇਤੀ ਵਾਸਤੇ ਵੀ ਦੇ ਦਿੰਦੇ ਹਾਂ ਜੀ ਜੀ ਅੱਛਾ ਉਹ ਜਿਹੜਾ ਖੇਤੀ ਵਾਸਤੇ ਪਾਣੀ ਦਿੰਦੇ ਉਹ ਫ੍ਰੀ ਦਿੰਦੇ ਹੋ ਹਾਂ ਉਹ ਅਸੀਂ ਫ੍ਰੀ ਦਿੰਦੇ ਹਾਂ ਡੀਜ਼ਲ ਉਹ ਭਰਦੇ ਆ ਹਾਂ ਤੇ ਅਸੀਂ ਉਹਨਾਂ ਕੋ ਕੁਝ ਵੀ ਨਹੀਂ ਵਸੂਲਦੇ ਅੱਛਾ ਪਿੰਡ ਵਾਲਿਆਂ ਦਾ ਕਿਵੇਂ ਮਤਲਬ ਕਿਸ ਤਰ੍ਹਾਂ ਦਾ ਸਾਥ ਹੈ ਪਿੰਡ ਵਾਲਿਆਂ ਦਾ ਇੱਕ ਵਧੀਆ ਸਹਿਯੋਗ ਹੈ ਤੇ ਸਾਥ ਵੀ ਹੈ ਦੇਖੋ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਜੀ ਕੁਝ ਪੋਜ਼ਿਟਿਵ ਹੁੰਦੇ ਆ ਕੁਝ ਨੈਗੇਟਿਵ ਹੁੰਦੇ ਆ ਜੀ ਕੁਝ ਨੇ ਕਿਹਾ ਜੀ ਇਹ ਚੀਲਾਂ ਦੀ ਕੀ ਲੋੜ ਹੈ ਬਿਲਕੁਲ ਕੁਝ ਨੇ ਕਿਹਾ ਕਿ ਨਹੀਂ ਇਹ ਇੱਕ ਵੱਖਰੀ ਚੀਜ਼ ਹੈ ਬਹੁਤ ਜ਼ਰੂਰੀ ਹੈ ਜੀ ਔਰ ਮੈਨੂੰ ਅੱਜ ਬੜੀ ਜਾਣ ਕੇ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਪਿੰਡ ਰੋਜ਼ 150 ਬੰਦਾ ਇੱਥੇ ਵਿਜ਼ਿਟ ਕਰਦਾ ਹੈ ਜੀ ਆਣ ਕੇ ਇੰਜਾਇ ਕਰਦਾ ਹੈ ਖੁਸ਼ ਹੁੰਦਾ ਹੈ ਵੇਖਦਾ ਹੈ ਜੀ ਜੀ ਨਵੇਂ ਵਿਆਹੇ ਜੋੜੇ ਸੈਲਫੀਆਂ ਲੈਂਦੇ ਨੇ ਨੌਜਵਾਨ ਬੱਚੇ ਸੈਲਫੀਆਂ ਲੈ ਕੇ ਸਟੇਟਸ ਲਾਉਂਦੇ ਨੇ ਤੇ ਅੱਜ ਇਸ ਗੱਲ ਦਾ ਜਵਾਬ ਹੈ ਕਿ ਇਹ ਬੜੀ ਜ਼ਰੂਰੀ ਸੀ ਜੀ ਜੀ ਅੱਛਾ ਬਾਹਰਲੇ ਪਿੰਡਾਂ ਤੋਂ ਵੀ ਲੋਕ ਆਉਂਦੇ ਨੇ ਦੇਖਣ ਹਾਂਜੀ ਲਗਾਤਾਰ ਆਉਂਦੇ ਨੇ ਮੇਰੇ ਕੋਲ ਸਲਾਹ ਵੀ ਲੈਂਦੇ ਨੇ ਪ੍ਰੇਰਣਾ ਵੀ ਲੈਂਦੇ ਨੇ ਪਰ ਇੱਕ ਗੱਲ ਮੈਂ ਕਹਿੰਦਾ ਕਿ ਛੱਪੜ ਨੂੰ ਸੁਧਾਰਨਾ ਬੜਾ ਔਖਾ ਹੈ ਬਿਲਕੁਲ ਛੱਪੜ ਚ ਵੜ ਕੇ ਤੇ ਛੱਪੜ ਚ ਸਹੀ ਢੰਗ ਨਾਲ ਨਿਕਲਣਾ ਬਹੁਤ ਔਖਾ ਹੈ ਜੀ 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 ਸਹੀ ਗੱਲ ਇਹ ਇੱਕ ਮੁਸ਼ਕਲਤ ਹੈ ਜਿਹੜੀ ਅਸੀਂ ਕੀਤੀ ਮੈਂ ਮਾਰਚ ਪਹਿਲੀ ਤੋਂ ਸ਼ੁਰੂ ਕੀਤਾ ਸੀ ਔਰ ਜੁਲਾਈ ਤੱਕ 7 ਮਹੀਨੇ ਮੇਰਾ ਇੱਥੇ ਹੀ ਖੜਾ ਰਿਆ ਹੈ ਮੈਂ ਸਾਰੀ ਗਰਮੀ ਬਿਲਕੁਲ ਔਰ ਉਸੇ ਮਿਹਨਤ ਦੇ ਵਿੱਚੋਂ ਆਸਾ ਉੱਪਨ ਨਿਕਲਿਆ ਅੱਛਾ ਸਰਕਾਰ ਦਾ ਕਿੰਨਾ ਕੁ ਸੰਯੋਗ ਹੈ ਆ ਕਈ ਗੱਲਾਂ ਤੇ ਮੈਨੂੰ ਅਫਸੋਸ ਵੀ ਹੈ ਜਿਸ ਟੰਗ ਨਾਲ ਮਹਿਕਮਿਆਂ ਨੂੰ ਸਹਿਯੋਗ ਪੰਚਾਇਤਾਂ ਨਾਲ ਕਰਨਾ ਚਾਹੀਦਾ ਹੈ ਜੀ ਜਾਂ ਸਾਡੀ ਪ੍ਰਸ਼ਾਸਨ ਨੂੰ ਜਾਂ ਸਾਡੀ ਆ ਜਿਹੜੇ ਹੈਗੇ ਨੇ ਸਾਡੇ ਅਧਿਕਾਰੀ ਚਲਾਉਂਦੇ ਨੇ ਬਿਲਕੁਲ ਉਹ ਮਿਲਦਾ ਨਹੀਂ ਹੈ ਜੀ ਔਰ ਮੈਂ ਅਫਸੋਸ ਨਾ ਕਹੂੰਗਾ ਕਿ ਜਿੰਨਾ ਜਿਹੜੇ ਬਣਦਾ ਰਿਹਾ ਹਮ ਮਿਸੇ ਕਿਸੇ ਵੀ ਮੇਰੇ ਅਧਿਕਾਰੀ ਨੇ ਇੱਥੇ ਆਣ ਕੇ ਨਾ ਤਾਂ ਸਲਾਹ ਦਿੱਤੀ ਤਕਨੀਕੀ ਜੀ ਨਾ ਕੋਈ ਵਿਜ਼ਿਟ ਕੀਤੀ ਜੀ ਅੱਜ ਸਾਰੇ ਹੀ ਮਾਨ ਕਰਦੇ ਆ ਵੀ ਕੰਡੇ ਦੇ ਵਿੱਚ ਬਹੁਤ ਵਧੀਆ ਬਣਿਆ ਹੈ ਪਰ ਮੈਂ ਚਾਹੁੰਦਾ ਹੈ ਕਿ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਹਮ ਉਹਨਾਂ ਦਾ ਮਹਿਕਮੇ ਨੂੰ ਸਾਥ ਬਹੁਤ ਜ਼ਰੂਰੀ ਆ ਦੇਣਾ ਜੀ ਜੀ ਔਰ ਉਸ ਤੋਂ ਬਾਅਦ ਇੱਕ ਵੱਡਾ ਬਦਲਾ ਆਇਆ ਹੈ ਜੀ ਜੀ ਹੁਣ ਮੇਰੇ ਜਿੰਨੇ ਵੀ ਅਧਿਕਾਰੀ ਨੇ ਹਮ ਮੈਕਮੇ ਡਿਪਾਰਟਮੈਂਟ ਦੇ ਉਹ ਮੇਰੇ ਕੰਮ ਨੂੰ ਵੇਖ ਕੇ ਹੁਣ ਮੇਰੇ ਨਾਲ ਬਹੁਤ ਵਧੀਆ ਸਹਿਯੋਗ ਕਰਦੇ ਨੇ ਜੇ ਕੋਈ ਮੇਰੀ ਪਲੈਨਿੰਗ ਹੈ ਤੇ ਉਹਦੇ ਵਿੱਚ ਉਹ ਲਗਾਤਾਰ ਸਹਿਯੋਗ ਕਰਦੇ ਨੇ ਇਹ ਕੰਮ ਹੋਣ ਤੋਂ ਬਾਅਦ ਇਹ ਸਯੋਗ ਮੈਨੂੰ ਮਿਲਿਆ ਅੱਛਾ ਇਸ ਤੋਂ ਇਲਾਵਾ ਕੋਈ ਇਹ ਦੇਖਭਾਲ ਵਾਸਤੇ ਵੀ ਕਰਿੰਦੇ ਰੱਖਣੇ ਦੀ ਲੋੜ ਹੈ ਹਾਂਜੀ ਮੇਰੇ ਕੋਲ ਲਗਾਤਾਰ ਮੇਰੇ ਇੱਕ ਤਾਂ ਆ ਸਰਦਾਰ ਸਲੱਖਣ ਸਿੰਘ ਅੱਛਾ ਇਹ ਮੇਰਾ ਪਰਮਾਨੈਂਟਲੀ ਵਰਕਰ ਹੈ ਜੀ ਤੇ ਇੱਕ ਸਾਡੇ ਬਜ਼ੁਰਗ ਨੇ ਉਹ ਇਹਦੀ ਲਗਾਤਾਰ ਦੇਖਭਾਲ ਮੇਨਟੇਨੈਂਸ ਕਰਦੇ ਨੇ ਕਿਉਂਕਿ ਚੀਜ਼ ਬਣਾਉਣ ਤੋਂ ਬਾਅਦ ਉਹਦੀ ਸਾਂਭ-ਸਮਾਲ ਉਦੋਂ ਵੀ ਜ਼ਿਆਦਾ ਜ਼ਰੂਰੀ ਹੈ ਹੂੰ ਬਿਲਕੁਲ ਉਹਦੀ ਸਾਫ-ਸਫਾਈ ਉਦੋਂ ਵੀ ਜ਼ਿਆਦਾ ਜ਼ਰੂਰੀ ਹੈ ਹੁਣ ਦੇਖੋ ਤੁਸੀਂ ਜਾਣਦੇ ਹੋ ਜੀ ਕਿੰਨੇ ਪ੍ਰਕਾਰ ਦੇ ਰੁੱਖ ਕਿੰਨੇ ਫਲਾਵਰ ਲੱਗੇ ਹੋਏ ਨੇ ਜੀ ਜੀ ਔਰ ਇਹਨਾਂ ਨੂੰ ਲਗਾਤਾਰ ਕੇਅਰ ਦੀ ਜ਼ਰੂਰਤ ਹੈ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਜੀ ਜੀ ਇਹਨਾਂ ਨੂੰ ਗੋਡੀ ਦੀ ਜ਼ਰੂਰਤ ਹੈ ਉਹ ਤਾਂ ਹੀ ਹੋਏਗੀ ਜੇ ਇੱਥੇ ਕੋਈ ਪ੍ਰੋਪਰ ਆਦਮੀ ਲਗਾਤਾਰ ਇਹਦੀ ਨਿਗਰਾਨੀ ਕਰੇਗਾ ਸਹੀ 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 ਅੱਛਾ ਇਸ ਤੋਂ ਇਲਾਵਾ ਮਤਲਬ ਬੱਚੇ ਜਦੋਂ ਆਉਂਦੇ ਨੇ ਕਈ ਵਾਰੀ ਹੁੰਦਾ ਬੱਚਿਆਂ ਨੇ ਜਨਮ ਦਿਨ ਮਨਾਉਣਾ ਹੁੰਦਾ ਤੇ ਉਹਨਾਂ ਨੂੰ ਕੋਈ ਹੋਟਲ ਲੱਭਣਾ ਪੈਂਦਾ ਕੋਈ ਇਸ ਤਰ੍ਹਾਂ ਦਾ ਵੀ ਕਦੀ ਹੋਇਆ ਹਾਂਜੀ ਜਿਹੜੇ ਸਾਡੇ ਨੌਜਵਾਨ ਨੇ ਜਦੋਂ ਨੌਜਵਾਨੀਆਂ ਸ਼ਾਮਾਂ ਵੜੀਆਂ ਉਤਸ਼ਾਹੀ ਹੁੰਦੀਆਂ ਨੇ ਬਿਲਕੁਲ ਬਿਲਕੁਲ ਤੇ ਉਹ ਹਮੇਸ਼ ਮਤਲਬ ਪਨਛਾਨ ਹੋਏ ਜੀ ਉਹ ਫਿਰ ਕੀ ਕਰਦੇ ਆ ਕਿ ਮੈਂ ਇੱਥੇ ਤਿੰਨ ਤਰ੍ਹਾਂ ਦੀਆਂ ਚਾਹ ਜਿਹੜੀਆਂ ਨੇ ਨੇ ਝੌਂਪੜੀਆਂ ਬਣਾਈਆਂ ਨੇ ਜੀ ਐ ਆਨੰਦ ਵਿਲਾ ਐ ਜੀ ਇਹ ਤੋਂ ਸ਼ਾਮ ਦਾ ਦ੍ਰਿਸ਼ ਬੜਾ ਸ਼ਾਨਦਾਰ ਦਿਸਦਾ ਐ ਆਨੰਦ ਨਾਲ ਬੈਠ ਕੇ ਬਿਲਕੁਲ ਉਹ ਸਾਈਡ ਦੇ ਉੱਤੇ ਰੰਗ ਵਿਲਾ ਐ ਜੀ ਉਹ ਜਿਹੜੇ ਸਾਡੇ ਮੰਚਨ ਦੇ ਗੱਭਰੂ ਨੇ ਖੁਸ਼ੀ ਵਾਲੇ ਉਹ ਫੇ ਸ਼ਾਮ ਨੂੰ ਉੱਥੇ ਜਾ ਕੇ ਆਪਣਾ ਸਟੇਸ਼ਨ ਲਾ ਲੈਂਦੇ ਨੇ ਜੀ ਜੀ ਤੇ ਉਹ ਸਾਡੀ ਜਿਹੜੀ ਝੌਂਪੜੀ ਐ ਉਹ ਸ਼ਾਂਤ ਵਿਲਾਏ ਜੀ ਉਹ ਜਿਹੜੇ ਬਜ਼ੁਰਗ ਨੇ ਉਹ ਬੜੇ ਸ਼ਾਂਤ ਨਜ਼ਰੀਏ ਨਾਲ ਉੱਥੇ ਬਹਿ ਕੇਦੇ ਆਪਣਾ ਜਿਹੜਾ ਉਹ ਖੁੱਲੀ ਡੁੱਲੀ ਹਵਾ ਦਾ ਆਨੰਦ ਲੈਂਦੇ ਨੇ ਇਹ ਕਿੱਥੇ ਹੋ ਰਿਹਾ ਇੱਕ ਬਾਗ ਹੈ ਸੱਤ ਅੱਠ ਜਿਹੜੇ ਪਿੱਪਲ ਤੇ ਬੋਹੜ ਨੇ ਜੀ ਔਰ ਇਹ ਸਭ ਤੋਂ ਜ਼ਿਆਦਾ ਆਕਸੀਜਨ ਬਿਲਕੁਲ ਇੱਥੇ ਹੈ ਤੇ ਉਹ ਕਈ ਵਾਰ ਬੜੇ ਖੁਸ਼ ਹੁੰਦੇ ਨੇ ਕਿ ਘੱਟੋ ਘੱਟ ਸਾਢੇ 10-15 ਸਾਲ ਉਮਰ ਵਧ ਗਈ ਹੈ ਜੀ ਜੀ ਔਰ ਮੈਨੂੰ ਇਹ ਸੁਣ ਕੇ ਬੜੀ ਖੁਸ਼ੀ ਹੁੰਦੀ ਕਿਉਂਕਿ ਮੈਂ ਵੀ ਉਸ ਲਗਭਗ ਉਹਨਾਂ ਦੀ ਏਜ ਦੇ ਵਿੱਚ ਆ ਗਿਆ ਹੂੰ ਉਸ ਤਰ੍ਹਾਂ ਇਹ ਵੀ ਜੀ ਕਹੇ ਜਿਸ ਤਰ੍ਹਾਂ ਨਾ ਇੱਕ ਪਲਾਨਿੰਗ ਨਾਲ ਅੱਗੇ ਵਧਿਆ ਜਾਂਦਾ ਹੈ ਜੀ ਪਲਾਨਿੰਗ ਨਾਲ ਇਸ ਤਰ੍ਹਾਂ ਹੈ ਕਿ ਕੁਝ ਜਿਤਨਾ ਪ੍ਰੋਜੈਕਟ ਹੈ ਮੰਨ ਲਓ ਜਿਤਨਾ ਮਿਰਲੇ ਪਰਲੇ પાસે ਸਾਢੇ 3 ਏਕੜ ਦਾ ਛੱਪੜ ਹੈ ਜੀ ਉਹਨੂੰ ਮੈਂ ਉਹਦਾ ਸੋਧਣਾ ਹੈ ਜੀ ਉਹਦਾ ਐਸਟੀਮੇਟ ਜਿਹੜਾ ਹੈ ਉਹ ਲਗਭਗ 2 ਸਤੰਬਰ ਤੋਂ ਮੈਂ ਸ਼ੁਰੂ ਕੀਤਾ ਹੈ ਹਮਮ ਲੇਕਿਨ ਅਜੇ ਤੱਕ ਉਹ ਕਿਸੇ ਸਰੇਰੀ ਪਹੁੰਚਿਆ ਜਿਹੜਾ ਐਸਟੀਮੇਟ ਬਣਦਾ ਹੈ ਉਹ ਇੱਕ ਪੀਰੀਅਡ ਦੇ ਵਿੱਚ ਘੱਟੋ ਘੱਟ ਮੈਕਸਿਮਮ ਬਿਲਕੁਲ 30 ਦਿਨ ਬਹੁਤ ਹੁੰਦੇ ਜੀ ਉਹ ਉਹਨੇ ਦੇ ਵਿੱਚ ਕਲੀਅਰ ਹੋ ਜਾਣਾ ਚਾਹੀਦਾ ਤਾਂ ਜੋ ਕੰਮ ਸ਼ੁਰੂ ਹੋਣਗੇ ਕੋਈ ਛਪੜਾਂ ਦੀ ਕਹਾਣੀ ਹੈ ਇਹ ਡਰਾਈ ਸੀਜ਼ਨ ਦੀ ਸ਼ਾਫ ਹੁੰਦੇ ਡਰਾਈ ਸੀਜ਼ਨ ਚੱਲ ਰਿਹਾ ਹੈ ਅਗਰ ਹੁਣ ਐਸਟੀਮੇਟ ਹੋ ਗਿਆ ਠੀਕ ਆ ਜੇ ਕੋਡ ਆਫ ਕੰਡਕਟ ਲੱਗ ਗਿਆ ਤਾਂ ਅੱਗੇ ਚੱਲੇਗਾ ਉਦੋਂ ਅੱਗੇ ਰੈਨ ਸੀਜ਼ਨ ਸ਼ੁਰੂ ਹੋ ਗਿਆ ਉਹ ਇਸ ਤਰ੍ਹਾਂ ਹੈ ਕਿ ਮੇਰਾ 30% ਤੇ ਜੱਸਾ ਪਿੰਡ ਦਾ ਉਹਦੇ ਵਿੱਚ ਵੱਡੀ ਜ਼ਰੂਰਤ ਹੈ 2500 ਫੁੱਟ ਸੀਵਰੇਜ ਲਾਈਨ ਦੀ ਬਿਲਕੁਲ ਮੇਰੇ ਕੋਲ ਉਹਦੇ ਫੰਡ ਨਹੀਂ ਜੀ ਮੈਂ ਵਾਰ-ਵਾਰ ਯਤਨ ਕਰਦਾ ਹਾਂ ਕਿ ਕਿਤੇ ਵੀ ਡਿਪਾਰਟਮੈਂਟ ਤੋਂ ਮੈਨੂੰ ਉਹ ਫੰਡ ਮਿਲ ਜਾਂ ਤਾਂ ਜੋ ਮੇਰਾ ਪਿੰਡ ਸਮੁੱਚੇ ਤੌਰ ਤੇ ਵਿਕਸਤ ਹੋ ਸਕੇ ਉਹ ਕਿਤੇ ਉਹ ਬਲਬ ਦੇ ਮੈਂ ਚਾਹੁੰਦਾ ਕਿ ਪਿੰਡ ਦੀ ਪੰਚਾਇਤ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਬਿਲਕੁਲ ਉਹਦੀਆਂ ਗਰਾਊਂਡ ਲੈਵਲ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਉਹਦੇ ਮਤਾਬਕ ਉਹਦੀ ਜਿਹੜਿਆ ਨਾ ਖਰਚ ਤੇ ਉਹਦੀ ਜਿਹੜਾ ਸਾਲਾਨਾ ਬਜਟ ਹੈ ਉਹਨ ਦਿੱਤਾ ਜਾਵੇ ਤਾਂ ਜੋ ਪਿੰਡ ਜਿਹੜੇ ਉਹ ਵਧੀਆ ਟੰਗ ਹੋ ਜਾਣ ਮੇਰਾ ਇਹ ਦਾਵਾ ਹੈ ਜੀ ਅਗਰ ਮਹਿਕਮਾ ਸਰਕਾਰ ਜੀ ਮੇਰੇ ਵਰਗੇ ਬੰਦੇ ਨੂੰ ਜੀ ਲਾਸਟ ਕੁਐਸਚਨ ਮੇਰਾ ਇਹ ਹੀ ਹੈ ਕਿ ਜਿਹੜੇ ਦੂਸਰੀਆਂ ਪੰਚਾਇਤਾਂ ਦੇ ਲੋਕ ਨੇ ਦੂਸਰੇ ਪਿੰਡਾਂ ਦੇ ਸਰਪੰਚ ਨੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਕੋ ਮੈਂ ਤਾਂ ਇਹ ਹੀ اپیل ਕਰੂੰਗਾ ਇਹ ਹੀ ਮੇਰਾ ਸੰਦੇਸ਼ ਹੈ ਕਿ ਅਗਰ ਤੁਹਾਨੂੰ ਪਿੰਡ ਨੇ ਮਾਨ ਦਿੱਤਾ ਹੈ ਤੁਹਾਨੂੰ ਨੁਮਾਇंदे ਚੁਣਿਆ ਹੈ ਬਿਲਕੁਲ ਤੇ ਫਿਰ ਪਿੰਡ ਦੀ ਤਕਦੀਰ ਬਦਲੋ ਜੀ ਪਿੰਡ ਨੂੰ ਸੋਹਣਾ ਸਾਫ ਸੁਥਰਾ ਆਦਿਕ ਪਾਇਦਾਰ ਵਿਕਾਸ ਦਾ ਢਾਂਚਾ ਦਿਓ ਬਿਲਕੁਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਤੇ ਕੰਮ ਕਰਕੇ ਦਿਖਾਓ ਜੀ ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ ਮੇਰੀ ਦੇ ਸਮੁੱਚੇ ਪੰਜਾਬ ਦੇ ਸਰਪੰਚਾਂ ਨੂੰ ਇਹ ਹੀ ਪੀਲ ਹੈ ਜਿੱਥੇ ਤੁਹਾਡੇ ਪਿੰਡ ਦਾ ਨਾਂ ਹੋਏਗਾ ਉਥੇ ਤੁਹਾਡੀ ਵੀ ਯਾਦ ਜਿਹੜੀ ਆ ਉਹ ਪੱਕੀ ਹੋਏਗੀ ਜੀ ਸੋ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰੇ ਹੀ ਲੋਕਾਂ ਨੂੰ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਬਹੁਤ ਜ਼ਰੂਰੀ ਨੇ ਕਿਉਂਕਿ ਅੱਜ ਜਿਹੜਾ ਸਾਡਾ ਸਵਾਜ ਹੈ ਸਾਡਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਮਿਲਾਵਟਾਂ ਵਾਲੀਆਂ ਚੀਜ਼ਾਂ ਅਸੀਂ ਖਾ ਰਹੇ ਹਾਂ ਪਰ ਹਰੀਆਲੀ ਤੇ ਵਾਤਾਵਰਨ ਨੂੰ ਸਾਫ਼ ਰੱਖਣਾ ਜਿਹੜਾ ਉਹ ਲਾਜ਼ਮੀ ਹੋ ਗਿਆ ਕਿਉਂਕਿ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਤੁਸੀਂ ਦੇਖਿਆ ਹੋਣਾ ਕਰੋਨਾ ਕਾਲ ਦੇ ਵਿੱਚ ਸਾਨੂੰ ਆਕਸੀਜਨ ਦੇ ਲੰਗਰ ਲਗਾਣੇ ਪਏ ਆਕਸੀਜਨ ਦੇ ਸਿਲੰਡਰ ਲੱਭਣੇ ਮੁਸ਼ਕਲ ਹੋ ਗਏ ਸੀ ਪਰ ਜੇ ਅਸੀਂ ਇਹੋ ਜਿਹੀ ਖਾਲੀ ਜਗ੍ਹਾ ਨੂੰ ਇਹ ਚੀਜ਼ਾਂ ਬਣਾ ਲਈਏ ਇਹ ਸਪੌਟ ਬਣਾ ਲਈਏ ਕਿ ਖਾਲੀ ਜਗ੍ਹਾ ਤੇ ਰੁੱਖ ਲਗਾਏ ਜਾਣ ਜਾਂ ਇਹੋ ਜਿਹੀ ਝੀਲਾ ਬਣਾ ਕੇ ਆ ਆਪਣਾ ਉਸ ਜਗ੍ਹਾ ਨੂੰ ਸੰਭਾਲ ਲਿਆ ਜਾਵੇ ਤਾਂ ਹੋ ਸਕਦਾ ਹੈ ਕਿ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬੱਜ ਸਕਦੇ ਹਾਂ ਜਿਵੇਂ ਕਿ ਸਾਡੇ ਬਜ਼ੁਰਗ ਜਿਹੜੇ ਇੱਕ ਥਾਂ ਬੈਠ ਕੇ ਸੱਥਾ ਲਾਉਂਦੇ ਹੁੰਦੇ ਸੀ ਸੱਥਾਂ ਦੇ ਵਿੱਚ ਬੈਠ ਕੇ ਆਪਣੇ ਦੁੱਖ ਸੁੱਖ ਬੋਲਦੇ ਹੁੰਦੇ ਸੀ ਕਹਿੰਦੇ ਕਿਸੇ ਨਾਲ ਦੁੱਖ ਸੁੱਖ ਫੋਲ ਲਈਏ ਤੇ ਆਪਣਾ ਜਿਹੜਾ ਅੱਧੇ ਦੁੱਖ ਜਿਹੜੇ ਉਹ ਵੈਸੇ ਹੀ ਕੱਟੇ ਜਾਂਦੇ ਆ ਸੋ ਅੱਜ ਦੀ ਇਹ ਵੀਡੀਓ ਸਾਡਾ ਬਣਾਉਣ ਦਾ ਮਕਸਦ ਇਹੀ ਸੀ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਚੀਜ਼ਾਂ ਪਹੁੰਚ ਸਕਣ ਕਿ ਵਾਤਾਵਰਨ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ ਤੇ ਵਾਤਾਵਰਨ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਕੰਗ ਪਿੰਡ ਹੈ ਕੰਗ ਕੱਲਾ ਪਿੰਡ ਵੱਜਦਾ ਹੈ ਜਦੋਂ ਤੁਸੀਂ ਤਰਨ ਤਾਰਨ ਤੋਂ ਆਉਂਦੇ ਹੋ ਗੋਂਦਵਾਲ ਸਾਹਿਬ ਰੋਡ ਨੂੰ ਸ਼੍ਰੀ ਗੌਂਦਵਾਲ ਸਾਹਿਬ ਰੋਡ ਨੂੰ ਜਦੋਂ ਤੁਸੀਂ ਆਉਂਦੇ ਹੋ ਤਰਨਤਾਰ ਰੋਡ ਤੋਂ ਤੇ ਤਰਨਤਾਰ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਜਿਹੜਾ ਵਸਿਆ ਹੋਇਆ ਛੋਟਾ ਜਿਹਾ ਪਿੰਡ ਹੈ ਛੋਟੇ ਜਿਹੇ ਪਿੰਡ ਦੇ ਵਿੱਚ ਹੀ ਸਰਪੰਚ ਸਾਹਿਬ ਨੇ ਇਹ ਮਾਰਕਾ ਮਾਰਿਆ ਬਹੁਤ ਸੋਹਣੀ ਝੀਲ ਬਣਾਈ ਹੈ ਹੋਰ ਵੀ ਲੋਕਾਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਖਾਲੀ ਜਗ੍ਹਾ ਪੰਚਾਇਤ ਦੀ ਜਗ੍ਹਾ ਵੇਖ ਕੇ ਤੇ ਜ਼ਰੂਰ ਬਣਾਓ ਜਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਵਾਤਾਵਰਨ ਨੂੰ ਸੰਭਾਲ ਸਕੀਏ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਕੈਮਰਾਮੈਨ ਓਮ ਪ੍ਰਕਾਸ਼ ਦੇ ਨਾਲ ਮੈਂ ਤੁਹਾਡਾ ਗੁਰदयाल ਸਿੰਘ ਤਰਨਤਾਰਨ ਧੰਨਵਾਦ